ਸਰ ਪਹਿਲਾਂ ਤਾਂ ਅੱਜ ਕਨਵੋਕੇਸ਼ਨ ਹੋਈ ਹੈ, ਇਹ 'ਚ ਤੁਸੀਂ ਐਜ਼ ਏ ਚੀਫ ਗੈਸਟ ਸ਼ਾਮਿਲ ਹੋਏ ਹੋ, ਕੀ ਸੰਦੇਸ਼ ਬੱਚਿਆਂ ਨੂੰ ਕੁਝ? ਮੈਂ ਧੰਨਵਾਦ ਕਰਦਾ ਸਾਹਿਬ ਗੁਰਦਾਸ ਸਿੰਘ ਸਿੱਧੂ ਸਾਹਿਬ ਦਾ ਅਤੇ ਪੂਰੀ ਮੈਨੇਜਮੈਂਟ ਦਾ ਕਿ ਪਹਿਲਾਂ ਤਾਂ ਮੈਨੂੰ ਉਹਨਾਂ ਨੇ ਆਫੀਸ਼ਲੀ ਡੀ ਲਿਟ ਦੀ ਡਿਗਰੀ ਦਿੱਤੀ ਹੈ, ਉਹਨਾਂ ਦਾ ਧੰਨਵਾਦ। ਨੌਜਵਾਨ ਪੀੜ੍ਹੀ ਨੂੰ ਗਿਆਨ ਗੁਰੂ ਦੀ ਕਾਸ਼ੀ ਤੋਂ ਮਿਲਿਆ, ਇਹ ਧਰਤੀ ਗੁਰੂ ਦੀ ਕਾਸ਼ੀ ਦੀ ਧਰਤੀ ਹੈ, ਇਹ ਯੂਨੀਵਰਸਿਟੀ ਦਾ ਨਾਮ ਵੀ ਗੁਰੂ ਕੀ ਕਾਸ਼ੀ ਹੈ। ਸੋ ਇਹ ਬੱਚੇ ਇੱਥੋਂ ਵਿੱਦਿਆ ਹਾਸਲ ਕਰਕੇ ਗੁਰੂ ਦਾ ਵੀ ਨਾਂ ਰੌਸ਼ਨ ਕਰਨ, ਐਸੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ। ਸੋ ਸਮਾਜ ਨੂੰ ਅੱਛੇ ਨੌਜਵਾਨਾਂ ਦੀ ਲੋੜ ਹੈ ਅਤੇ ਇਸ ਲਈ ਇਹ ਯੂਨੀਵਰਸਿਟੀ ਉਹਨਾਂ ਬੱਚਿਆਂ ਨੂੰ ਸਭ ਤੋਂ ਉੱਤਮ ਐਜੂਕੇਸ਼ਨ ਔਰ ਇਸ ਰਿਮੋਟ ਏਰੀਏ 'ਚ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਸਾਰੀ ਮੈਨੇਜਮੈਂਟ ਨੂੰ, ਵਾਈਸ ਚਾਂਸਲਰ ਸਾਹਿਬ ਨੂੰ ਅਤੇ ਸਭ ਨੂੰ ਮੁਬਾਰਕਬਾਦ ਪੇਸ਼ ਕਰਦਾ। ਸਰ, ਇੱਕ ਛੋਟੇ ਸਾਹਿਬਜ਼ਾਦਿਆਂ ਦੇ ਹੱਕ 'ਚ ਜਿਹੜਾ ਹਾ ਦਾ ਨਾਮ ਨਾਰਾ ਮਾਰਿਆ ਸੀ ਮਲੇਰਕੋਟਲਾ ਦੇ ਨਵਾਬ ਨੇ, ਉਹਨਾਂ ਦੇ ਜਿਹੜੇ ਵੰਸ਼ ਦੀ ਆਖਰੀ ਬੇਗਮ ਹੈ ਮੁਨੱਵਰ ਉਨ ਨਿਸ਼ਾ, ਅੱਜ ਉਹਨਾਂ ਦਾ ਦੇਹਾਂਤ ਹੋ ਗਿਆ। ਓ ਵੈਰੀ ਸੋਰੀ। ਕੀ ਕਹਿਣਾ ਚਾਹੋਗੇ? ਉਸ ਪਰ ਮੈਂ ਉਹਨਾਂ ਦੇ ਪਹਿਲਾਂ ਤਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਇਸ ਆਵਾਗਮਨ ਦੇ ਚੱਕਰ 'ਚੋਂ ਬਾਹਰ ਮੁਕਤ ਕਰੇ। ਦੂਜੀ ਗੱਲ ਹੈ, ਇਸ ਪਰਿਵਾਰ ਨੇ ਹਾਂ ਦਾ ਨਾਰਾ ਮਾਰਿਆ, ਸਿੱਖ ਕੌਮ ਨੇ 300 ਸਾਲ ਤੱਕ ਇਹਨੂੰ ਯਾਦ ਰੱਖਿਆ, ਅੱਗੇ ਵੀ ਯਾਦ ਕਰੇਗੀ। ਇਸੇ ਤਰ੍ਹਾਂ ਹੀ ਜਿੱਥੇ ਵੀ ਕੋਈ ਜ਼ੁਲਮ ਹੁੰਦਾ ਹੈ ਉੱਥੇ ਲੋਕਾਂ ਨੂੰ ਖੜ੍ਹੇ ਹੋਣਾ ਚਾਹੀਦਾ, ਹਾਂ ਦਾ ਨਾਰਾ ਮਾਰਨਾ ਚਾਹੀਦਾ। ਭਾਵੇਂ ਗੁਰੂ ਸਾਹਿਬ ਦੇ ਬੱਚੇ ਨਹੀਂ, ਬੱਚੇ ਸ਼ਹੀਦ ਕਰ ਦਿੱਤੇ ਗਏ, ਲੇਕਿਨ ਅਸੀਂ ਅੱਜ ਵੀ ਉਸ ਪਰਿਵਾਰ ਨੂੰ ਮਾਣ ਸਤਿਕਾਰ ਦਿੰਦੇ ਹਾਂ। ਸੋ ਇਸੇ ਤਰ੍ਹਾਂ ਹੀ ਸਮਾਜ ਦੇ ਵਿੱਚ ਜਿਹੜੇ ਲੋਕ ਕਿਸੇ ਲੋੜਵੰਦ ਨਾਲ, ਕਿਸੇ ਜ਼ਰੂਰਤਮੰਦ ਨਾਲ, ਕਿਸੇ ਦੁਖੀਆਂ ਨਾਲ, ਕਿਸੇ ਪੀੜਿਤ ਨਾਲ, ਜਿਹਦੇ ਨਾਲ ਜਾਤੀ ਹੋਈ ਹੋਵੇ, ਉਹਦੇ ਨਾਲ ਖੜ੍ਹੇ ਹੋਣਗੇ ਅਤੇ ਸਮਾਜ ਹਮੇਸ਼ਾ ਉਹਨਾਂ ਨੂੰ ਯਾਦ ਕਰੇਗਾ। ਸਰ, ਇੱਕ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਨੀਆਂ ਨੇ ਜਿੰਨੇ ਮਿੰਨਾਂ, ਸਿੱਖ ਸੰਗਤ ਦੀ ਪੁਰਾਣੇ ਸਮੇਂ ਤੋਂ ਮੰਗ ਹੈ ਕਿ ਜਿਹੜੀ ਨਵੇਂ ਵੋਟਰ ਬਣਾਉਣ ਦੀ ਜਿਹੜੀ ਉਮਰ ਹੱਦ ਹੈ ਉਹ 18 ਸਾਲ ਕੀਤੀ ਜਾਵੇ 21 ਸਾਲ ਤੋਂ। ਕੌਮੀ ਘੱਟ ਗਿਣਤੀ ਕਮਿਸ਼ਨ ਇਹਦੇ ਬਾਰੇ ਕੁਛ ਕਰ ਸਕਦਾ ਜੀ? ਮੈਂ ਤੁਹਾਡੀ ਜਿਹੜੀ ਭਾਵਨਾਵਾਂ ਆ ਉਹਨਾਂ ਨੂੰ ਸਰਕਾਰ ਦੇ ਧਿਆਨ 'ਚ ਲਿਆਵਾਂਗਾ। ਵੈਸੇ 1956 ਦੇ ਵਿੱਚ ਨਹਿਰੂ ਮਾਸਟਰ ਤਾਰਾ ਸਿੰਘ ਪੈਕਟ ਹੋਇਆ ਸੀ, ਉਹਦੇ ਵਿੱਚ ਇਹ ਗੱਲ ਲਿਖੀ ਸੀ ਕਿ SCPC ਵਾਸਤੇ ਕੋਈ ਵੀ ਜਿਹੜਾ ਫੈਸਲਾ ਲੈਣਾ ਹੈ ਉਹ SCPC ਦੀ ਮਰਜ਼ੀ ਨਾਲ ਲਿਆ ਜਾਏਗਾ। ਮੈਂ ਬੇਨਤੀ ਕਰਾਂਗਾ SCPC ਦੇ ਪ੍ਰੈਜ਼ੀਡੈਂਟ ਨੂੰ ਅਤੇ ਉਹਨਾਂ ਦੇ ਸਾਰੇ ਜਿਹੜੇ ਐਗਜ਼ੈਕਟਿਵ ਮੈਂਬਰ, ਸਾਰੇ ਮੈਂਬਰ ਸਾਹਿਬਾਨ ਨੂੰ ਕਿ ਤੁਸੀਂ ਫੈਸਲਾ ਕਰੋ ਔਰ ਇਹ ਲਿਖ ਕੇ ਭੇਜੋ ਗਵਰਨਮੈਂਟ ਆਫ ਇੰਡੀਆ ਨੂੰ, ਅਤੇ ਇਹ ਜੇ ਤੁਹਾਡੀ ਜਾਇਜ਼ ਮੰਗ ਹੈ ਮੈਂ ਵੀ ਤੁਹਾਡਾ ਵਕੀਲ ਬਣ ਕੇ ਪੇਸ਼ ਕਰਾਂਗਾ। ਔਰ ਇਹਨੂੰ ਜੇ 18 ਸਾਲ ਦੂਜੇ ਵੋਟਰ ਲਈ ਹੈ ਤਾਂ ਇਹ ਵੀ 18 ਸਾਲ ਹੋ ਜਾਣੀ ਚਾਹੀਦੀ ਹੈ। ਸਰ, ਸਹਾਇਕ ਪ੍ਰੋਫੈਸਰ ਨੇ ਕੋਈ ਆਤਮ ਹੱਤਿਆ ਕੀਤੀ, ਤੁਸੀਂ ਵੀ ਜਾ ਕੇ ਆਏ ਹੈਗੇ ਹੋ ਜੀ, ਕੀ ਹੁਣ ਤੁਸੀਂ ਸੈਟਿਸਫਾਈ ਹੈਗੇ ਹੋ? ਤੁਸੀਂ ਕੋਈ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਸੀ ਇਸ ਮਾਮਲੇ 'ਚ? ਪੰਜਾਬ ਸਰਕਾਰ ਨੂੰ ਅਸੀਂ ਨੋਟਿਸ ਭੇਜਿਆ ਸੀ ਚੀਫ ਸੈਕਟਰੀ ਸਾਹਿਬ ਨੂੰ ਕਿ ਉਹਨਾਂ ਦਾ ਜਿਹੜਾ ਆ ਉਹ ਸਾਰੀ ਘਟਨਾ ਬਾਰੇ ਦੱਸੇ, ਕਿਉਂਕਿ ਉਹਦੇ ਵਿੱਚ ਇੱਕ ਜਿਹੜੀ ਮਰਨ ਵਾਲੀ ਲੜਕੀ ਬਰਜਿੰਦਰ ਕੌਰ ਹੈ ਉਹਨੇ ਮਿਸਟਰ ਹਰਜੋਤ ਬੈਂਸ ਦਾ ਨਾਂ ਲਿਆ, ਜਿਹੜੇ ਮੰਤਰੀ ਜੀ ਹੈਗੇ ਨੇ, ਔਰ ਪਰਿਵਾਰ ਦੀ ਇਹ ਮੰਗ ਸੀ ਕਿ ਉਹਨਾਂ 'ਤੇ ਮੁਕੱਦਮਾ ਦਰਜ ਹੋਵੇ। ਸੋ ਪੈਰਵੀ ਕੀਤੀ ਹੈ, ਮੁਕੱਦਮਾ ਤਾਂ ਦਰਜ ਹੋ ਗਿਆ, ਅੱਗੇ ਸਰਕਾਰ ਨੇ ਤਫਤੀਸ਼ ਕਰਨੀ ਹੈ। ਅਸੀਂ ਸਮਝਦੇ ਹਾਂ ਕਿ ਜਿਹੜਾ ਬੰਦਾ ਇਸ ਸੰਸਾਰ ਤੋਂ ਜਾ ਰਿਹਾ ਔਰ ਦੁਖੀ ਹੋ ਕੇ ਜਾ ਰਿਹਾ ਉਹਦੀ ਆਤਮਾ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ। ਔਰ ਉਹ ਜਿਹੜੀਆਂ ਜਿਸ ਤਰ੍ਹਾਂ ਕਾਰਨਾ ਕਰਕੇ ਇੱਕ ਵਿਅਕਤੀ ਖੁਦਕੁਸ਼ੀ ਕਰਦਾ ਹੈ, ਖੁਦਕੁਸ਼ੀ ਕਰਨਾ ਸਭ ਤੋਂ ਔਖਾ ਕੰਮ ਹੈ। ਬੰਦਾ ਆਪਣਾ ਜੀਵਨ ਲੀਲਾ ਜਦੋਂ ਸਮਝਦਾ ਕਿ ਸਮਾਜ ਦੇ ਵਿੱਚ ਰਹਿਣਾ ਉਹਦੇ ਲਈ ਜ਼ਿਆਦਾ ਕਸ਼ਟਦਾਇਕ ਹੈ ਤਾਂ ਉਹ ਆਪਣਾ ਜੀਵਨ ਖਤਮ ਕਰਦਾ। ਸੋ ਇਹ ਬੜੀਆਂ ਚਿੰਤਾ ਦਾ ਵਿਸ਼ਾ ਹੈਗਾ, ਬੜੀਆਂ ਇਹ ਘਟਨਾਵਾਂ ਪੰਜਾਬ ਨੂੰ ਜਿਹੜਾ ਹੈ ਉਸ ਕਾਲੇ ਦੌਰ 'ਚੋਂ ਕੱਢਣ ਵਾਸਤੇ ਸਾਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੈ ਅਤੇ ਉਹਦੇ ਲਈ ਇੱਕ ਨਵੀਂ ਸਿਰਜਣਾ, ਨਵੀਂ ਸੋਚ, ਆਪਸੀ ਲੜਾਈ ਨੂੰ ਛੱਡ ਕੇ ਆਪਸੀ ਪਿਆਰ ਭਾਈਚਾਰਾ ਅਤੇ ਉਹਨਾਂ ਨੂੰ ਵਧਾਉਣ ਦੀ ਲੋੜ ਹੈਗੀ ਹੈ। ਇੱਕ ਨਫ਼ਰਤ ਦਾ ਬੀਜ ਪੰਜਾਬੀਆਂ ਦੇ ਮਨ 'ਚ ਸਮੇਂ ਸਮੇਂ ਨਾਲ ਬੀਜ ਦਿੰਦਾ ਜਾਂਦਾ ਔਰ ਉਹਦੇ ਨਾਲ ਜਦੋਂ ਮੁੜ ਕੇ ਅਸੀਂ ਹਰ ਗੱਲ 'ਤੇ ਜਿਹੜੀ ਹੈ ਇੱਕ ਦੂਜੇ ਦੇ ਵਿਰੁੱਧ ਹੋ ਕੇ ਬਹਿ ਜਾਂਦੇ ਹਾਂ। ਸੋ ਇਸ ਕਰਕੇ ਪੰਜਾਬ ਜਿਹੜਾ ਇੱਕ ਨੰਬਰ ਦਾ ਸੂਬਾ ਸੀ ਇੰਡੀਆ ਦੇ ਵਿੱਚ, ਅੱਜ ਬਹੁਤ ਪਿੱਛੇ ਚਲਾ ਗਿਆ। ਇਸ ਵਾਸਤੇ ਜਿਹੜੀ ਹੈ ਇੱਕ ਨੀਤੀ ਬਣਾਉਣੀ ਪਏਗੀ, ਇੱਕ ਨੀਅਤ ਜਿਹੜੀ ਆ ਉਹਨੂੰ ਸਾਫ਼ ਕਰਨਾ ਪਏਗਾ ਤਾਂ ਜਾ ਕੇ ਇਹ ਜਿਹੜੀ ਹੈ ਇਹਨੂੰ ਅਸੀਂ ਪੰਜਾਬ ਨੂੰ ਦੁਬਾਰਾ ਖੁਸ਼ਹਾਲ ਬਣਾ ਸਕਾਂਗੇ। ਉਸ ਲੜਕੀ ਦੀ ਜਿਹੜੇ ਪਰਿਵਾਰ ਨੂੰ ਪੂਰਨ ਇਨਸਾਫ ਮਿਲੇ, ਅਸੀਂ ਜਾਤੀ ਤੌਰ 'ਤੇ ਵੀ ਉਹਦੇ ਲਈ ਐਜ਼ ਚੇਅਰਮੈਨ ਆਫ ਦਾ ਕਮਿਸ਼ਨ
ਦੋਵੇਂ ਤਰ੍ਹਾਂ ਅਸੀਂ ਉਹਦੇ ਉੱਤੇ ਕਾਰਵਾਈ ਕਰ ਰਹੇ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਉਹਨੂੰ ਇਨਸਾਫ ਮਿਲੇ। ਪਿਛਲੇ ਦਿਨੀ ਕਾਂਗਰਸ 'ਚੋਂ ਗਏ ਸੀ ਤੁਹਾਡੇ ਕੰਨੀ ਭਾਜਪਾ 'ਚ ਵਾਪਸ ਫਿਰ ਕਾਂਗਰਸ ਚਲੇ ਗਏ, ਇਲੈਕਸ਼ਨ ਸਿਰ ਦੇ ਉੱਤੇ, ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ? ਤੁਹਾਨੂੰ ਲੱਗਦਾ ਪੰਜਾਬ 'ਚ ਕਿਤੇ ਨਾ ਕਿਤੇ ਭਾਜਪਾ ਨੂੰ ਝਟਕਾ ਲੱਗਿਆ ਹੈਗਾ ਇਸ ਨਾਲ? ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਭਾਰਤੀ ਜਨਤਾ ਪਾਰਟੀ ਹੈ ਔਰ ਰਾਜਨੀਤਿਕ ਪਾਰਟੀਆਂ 'ਚ ਲੋਕ ਆਉਂਦੇ ਵੀ ਰਹਿੰਦੇ ਆ, ਜਾਂਦੇ ਵੀ ਰਹਿੰਦੇ ਆ, ਅਤੇ ਸਮਝਦਾ ਵੀ ਇਹਨਾਂ ਦੇ ਨਾਲ ਨਾ ਆਉਣ ਨਾਲ ਸਾਨੂੰ ਕੋਈ ਬਹੁਤਾ ਲਾਭ ਸੀ ਅਤੇ ਨਾ ਹੀ ਜਾਣ ਨਾਲ ਕੋਈ ਨੁਕਸਾਨ ਹੈਗਾ।